यूनाइटेड साइकिल पार्ट्स ऑफ मैन्युफैक्चरिंग एसोसिएशन अते नचदा पंजाब वेलफेयर क्लब वालों भंगड़ा सिखलाई कैंप 29 मई तो 29 अगस्त तक लगेगा। नशे दे वगदे छेवें दरिया नूं ठल पाउण लई नौजवानी नूं शरीरक तौर ते तंदुरुस्त रखण अते पंजाब दी भविखी सोच नूं नरोई रखण लई ਇਹ ਕਲੱਬ 20 ਸਾਲਾਂ ਤੋਂ ਬੱਚਿਆਂ ਨੂੰ ਭੰਗੜੇ ਰਾਹੀਂ ਸੁਨੇਹਾ ਦਿੰਦਾ ਆ ਰਿਹਾ ਹੈ ਤਾਂ ਜੋ ਸਾਡੀ ਨੌਜਵਾਨੀ ਦੇ ਨਾਲ ਨਾਲ ਸਾਡਾ ਸੱਭਿਆਚਾਰ ਵੀ ਬਚਾਇਆ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਲੱਬ ਅਤੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤਾ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਨੰਦ ਲਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਦੇ ਮੈਂਬਰ ਅਤੇ ਇਹਨਾਂ ਬੱਚਿਆਂ ਨੂੰ ਨਾਲ ਲੈ ਕੇ ਇੱਕ ਭੰਗੜਾ ਕੈਂਪ ਸ਼ੁਰੂ ਕੀਤਾ ਹੈ, ਜਿਸ ਦੇ ਨਾਲ ਸਾਨੂੰ ਸਭ ਤੋਂ ਵੱਧ ਸਹਿਯੋਗ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦਾ ਹੈ। ਉਹ ਇਸ ਵਾਰ ਸਾਡੇ ਨਾਲ ਰਲ ਕੇ ਭੰਗੜੇ ਦਾ ਕੈਂਪ ਲਾ ਰਹੇ ਹਨ। ਭੰਗੜੇ ਦੀ ਸਿਖਲਾਈ 29 ਜੂਨ ਤੋਂ ਮਈ ਤੋਂ 29 ਅਗਸਤ ਤੱਕ 4 ਮਹੀਨੇ ਕੈਂਪ ਚੱਲੇਗਾ ਜੀ। ਬਾਅਦ 'ਚ ਬੱਚਿਆਂ ਨੂੰ ਡਿਸਟ੍ਰੀਬਿਊਸ਼ਨ, ਪ੍ਰਾਈਜ਼ ਡਿਸਟ੍ਰੀਬਿਊਸ਼ਨ, ਬੱਚਿਆਂ ਦੇ ਕੰਪੀਟੀਸ਼ਨ ਕਰਵਾਏ ਜਾਣਗੇ। ਬੱਚਿਆਂ ਨੂੰ ਭੰਗੜੇ ਦੀ ਪੂਰੀ ਪੇਸ਼ਕਾਰੀ ਦਿੱਤੀ ਜਾਊਗੀ। ਇਹਨਾਂ ਦੇ ਨਾਲ ਵੀ ਬੱਚੇ ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਮੋਬਾਈਲਾਂ ਦੇ ਵਿੱਚੋਂ ਜਿਹੜੇ ਅੱਜ ਕੱਲ੍ਹ ਬੱਚੇ ਪੀੜ੍ਹੀ ਸਾਡੀ ਧੱਸਦੀ ਜਾਂਦੀ ਆ, ਉਹਨਾਂ ਨੂੰ ਬਾਹਰ ਕੱਢ ਸਕੀਏ। ਇੱਕ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਚੱਲ ਪਿਆ, ਆ ਚਿੱਟੇ ਦਾ ਨਸ਼ਾ, ਅਸੀਂ ਕੋਸ਼ਿਸ਼ ਕਰਦੇ ਹਾਂ ਬੱਚਿਆਂ ਨੂੰ ਆਪਣੀ ਸਿਹਤ ਪ੍ਰਤੀ ਪ੍ਰੇਰਿਤ ਕਰਨ ਦੀ, ਵੀ ਉਹ ਨਸ਼ਿਆਂ ਤੋਂ ਦੂਰ ਰਹਿਣ, ਇੱਥੇ ਆ ਕੇ ਕੈਂਪ ਦੇ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਣ, ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਰੱਖਣ। ਇਸ ਦੇ ਨਾਲ ਹੀ ਸਾਡਾ ਸਾਰਿਆਂ ਦਾ, ਭਰਾਵਾਂ ਦਾ, ਮੈਂਬਰਾਂ ਦਾ, ਯੂਨਾਈਟਿਡ ਸਾਈਕਲ ਪਾਰਟਸ, ਸਾਰੀ ਕੈਬਨਿਟ ਇਹਨਾਂ ਦੀ, ਉਹ ਸਾਡੇ ਨਾਲ ਪੂਰਾ ਭਰਪੂਰ ਸਾਥ ਦੇ ਰਹੇ ਹਨ ਅਤੇ ਇਹ ਸਾਡਾ ਕੈਂਪ ਚੱਲਦਾ ਰਹੇ। ਤੁਸੀਂ ਵੱਧ ਤੋਂ ਵੱਧ ਆਉਣ ਦੀ ਕੋਸ਼ਿਸ਼ ਕਰਨਾ। ਸਥਾਨ ਹੈਗਾ ਯੂਨਾਈਟਿਡ ਸਾਈਕਲ ਪਾਰਟਸ ਦਾ ਵਿਹੜਾ, ਜਿਸ ਦੇ ਵਿੱਚ ਸਵੇਰੇ 5:30 ਤੋਂ ਲੈ ਕੇ 7:30 ਵਜੇ ਤੱਕ ਅਸੀਂ ਭੰਗੜਾ ਸਿਖਾਇਆ ਜਾਂਦਾ ਹੈ। ਪਲੀਜ਼ ਸਾਰੇ ਆਉਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।